ਤੇ ਬਸ ਜੀ ਜੀਆਂ ਦੇ ਵਿੱਚੋਂ ਆਣਾ ਕੇ ਤੇ ਆਪਣਾ ਲਹੂ ਦੀਆਂ ਤਾਰੀਆਂ। ਅੱਛਾ, ਬਸ ਇੰਨਾ ਬੁਰਾ ਹਾਲ ਹੋਇਆ ਸੀ? ਇੰਨਾ ਬੁਰਾ ਹਾਲ ਸੀ। ਆਪਣਾ ਕੋਈ ਜੀਵ ਇਹੋ ਜਿਹਾ ਨੁਕਸਾਨ ਤੇ ਨਹੀਂ ਹੋਇਆ ਆਪਣੇ ਨਾਲ? ਨੁਕਸਾਨ ਮੇਰੇ ਜਿਹੜੇ ਸਨ ਤਾਏ ਦੇ, ਉਹ ਪੂਰੇ ਹੋ ਗਏ ਸਨ, ਉਹਨਾਂ ਤੇ ਗੁੱਡੀਆਂ ਉਹਨਾਂ ਦੀਆਂ ਆਈਆਂ ਸਨ। ਅੱਛਾ, ਉਹ ਪੂਰੀਆਂ ਹੋ ਗਈਆਂ ਨੇ? ਨਹੀਂ, ਤਾਏ ਉੱਥੇ ਪੂਰੇ ਹੋ ਗਏ ਸਨ? ਹਾਂ, ਉੱਥੇ ਗੋਲੀ ਗੋਲੀ ਵੱਜੀ ਸੀ? ਵੱਜੀ, ਗੋਲੀ ਵੱਜੀ ਸੀ, ਹਮਲਾਵਰਾਂ ਨੇ ਮਾਰੀਆਂ। ਹਮਲਾਵਰਾਂ ਨੇ ਪਨੂਜੇ ਨੂੰ ਗੋਲੀ ਵੱਜੀ ਸੀ, ਇਸ ਬੰਬ ਬਣਾ ਲਿਆ, ਬੰਦਾ ਨੂੰ ਲਿਆ, ਇੱਕ ਡੇਲਾ ਬਾਹਰ ਆ ਗਿਆ। ਅੱਛਾ, ਤੇ ਸਾਰਾ ਸੜ ਗਿਆ ਸੀ, ਸਾਰਾ ਸੜ ਗਿਆ ਸੀ, ਲੱਤਾਂ ਪੈਰ। ਮੇਰੀ ਭੈਣ ਅੱਖ ਲੱਗੀ ਪਈ, ਮੈਂ ਨਹੀਂ ਜਾਣਾ। ਅੱਛਾ, ਛਿੰਬਿਆਂ ਦੇ ਘਰ ਰਹੇ ਸਾਂ, ਛਿੰਬਿਆਂ ਦੇ, ਛਿੰਬੇ ਮੁਸਲਮਾਨ ਜਿਹੜੇ। ਅੱਛਾ, ਉਹਨਾਂ ਫਿਰ ਅੰਦਰ ਆਪਣੇ ਪਾਇਆ ਸੀ ਚੋਰੀ, ਉਹ ਫਿਰ ਰਾਤ ਕੱਢ ਕੇ ਲਿਆਏ ਸਨ, ਤਿੰਨ ਚਾਰ ਦਿਨ ਰੱਖਿਆ ਸਾਂ। ਠੀਕ ਹੈ, ਫਿਰ ਰਾਤ ਬਰਾਤ ਕਰਕੇ ਮੇਰੀ ਭੈਣ ਅੱਕ ਲੱਗੀ, ਜੇ ਜੋ ਇਹਦੇ ਨਾਲ ਬਣੇਦਾ ਸੋ ਮੇਰੇ ਨਾਲ ਬਣ ਜਾਏਗਾ। ਹਾਂਜੀ, ਬੜੇ ਮੁਸ਼ਕਲ ਫਿਰ ਉਹਨੂੰ ਕੱਢਿਆ, ਅੱਖਲ ਛੇਤਰ ਆਉਂਦਾ ਸਾਂ ਸੱਚੇ ਸੱਚੇ ਸੌਦੇ, ਸੱਚੇ ਸੌਦੇ। ਹਾਂਜੀ, ਸੱਚੇ ਸੌਦੇ ਲਿਆਂਦਾ ਜਾ, ਸੱਚੇ ਸੌਦੇ ਕੈਂਪ ਲੱਗਾ ਸੀ ਆਪਣਾ? ਹਾਂ, ਕੈਂਪ ਲੱਗਾ। ਮਾਤਾ ਜੀ, ਪੁਰਾਣਾ ਟਾਈਮ ਯਾਦ ਆਉਂਦਾ ਹੋਣਾ, ਅੱਜ ਵੀ ਅੱਖਾਂ 'ਚ ਪਾਣੀ ਆ ਜਾਂਦਾ ਹਨਾ? ਆ ਜਾਂਦਾ ਵੀ ਆਪਣਾ ਕੀ ਪਤਾ ਕਿੰਨੀ ਪੀੜੀਆਂ ਚੱਲਦੀ ਪਈਆਂ ਹਨ ਉੱਥੇ ਆਪਣੀਆਂ। ਤੇ ਭਰਾ ਮੇਰਾ ਫੌਜ ਚੋਂ ਸਿਆਸੀ ਤੇ ਉਹ ਆਇਆ ਤੇ ਉਹ ਇਸ਼ਨਾਨ ਕਰਨ ਲੱਗਾ ਤੇ ਉਹਨਾਂ ਸਿੱਧੀ ਬੰਦੂਕ ਸਾਹਮਣਾ ਬਸ ਨਿਸ਼ਾਨ ਲਾਇਆ, ਛੇਤੀ ਛੇਤੀ ਵਿਚਾਰਾ ਕੱਛੇ ਸਣੇ ਭੱਜ ਆਇਆ ਕੰਪੇ ਚ। ਮਾਤਾ ਜੀ, ਜਿਹੜੇ ਆਪਣੇ ਪਿੰਡ ਦੇ ਤੁਹਾਡੇ ਮੁਸਲਮਾਨ ਹੁੰਦੇ ਹਨ, ਉਹਨਾਂ ਨਾਲ ਪ੍ਰੇਮ ਪਿਆਰ ਕਿਹੋ ਜਿਹਾ ਹੁੰਦਾ ਸੀ ਆਪਣਾ? ਮਤਲਬ ਤੁਹਾਡੇ ਬਜ਼ੁਰਗ ਦੱਸਦੇ ਹੋਣਗੇ ਤੁਹਾਨੂੰ ਵੀ ਉਹਨਾਂ ਨਾਲ ਵਰਤਨ ਭਾਜੀ ਕਿਵੇਂ ਜੀ ਸੀ ਆਪਣੇ? ਉਹ ਜਿਹੜੇ ਸਨ ਜੀ, ਉਹਨਾਂ ਨਾਲ ਸੋਹਣੀ ਵਰਤਨ ਭਾਜੀ, ਸੋਹਣੀ ਵਰਤਨ ਭਾਜੀ। ਹਾਂਜੀ ਹਾਂਜੀ, ਕੋਈ ਇਹੋ ਜਿਹਾ ਕੰਮ ਹੀ ਗੁਣੀ ਸੀ ਵੀ ਇਹ ਸਿੱਖ ਆ, ਹਿੰਦੂ ਆ, ਮੁਸਲਮਾਨ ਹੈ, ਵੀ ਸਾਰੇ ਆਉਂਦੇ ਜਾਂਦੇ ਹਨ, ਭਰਾਵਾਂ ਵਾਂਗੂ ਵਰਤਦੇ ਹਨ? ਸਾਰੇ ਭਰਾਵਾਂ ਵਾਂਗੂ ਵਰਤਦੇ ਸਾਂ। ਸਾਡਾ ਪਿਓ ਜਿਹੜਾ ਸੀ ਵਪਾਰੀ ਸੀ। ਅੱਛਾ ਅੱਛਾ, ਬਹੁਤ ਅੱਛਾ ਸੀ। ਅੱਛਾ, ਤੁਹਾਡਾ ਪਿਓ ਵਪਾਰੀ ਸੀ? ਹਾਂਜੀ। ਅੱਛਾ, ਕਾਹਦਾ ਵਪਾਰੀ? ਮੱਝਾਂ ਦਾ? ਮੱਝਾਂ ਦਾ। ਅੱਛਾ ਅੱਛਾ, ਉਸ ਲੈ ਆਉਣੀਆਂ ਵੰਨ ਸਵੰਨੀਆਂ ਲੈ ਆਉਣੀਆਂ ਵੰਨ ਸਵੰਨੀਆਂ। ਤੁਹਾਡੇ ਘਰਾਂ 'ਚ ਮੁਸਲਮਾਨ ਵੀ ਆਉਂਦੇ ਹਨ ਮੱਝਾਂ ਲੈਣ ਵਾਸਤੇ, ਹਿੰਦੂ ਵੀ ਆਉਂਦੇ, ਸਾਰੇ ਆਉਂਦੇ ਹਨ? ਸਭ ਆਉਂਦੇ ਆ। ਮਾਤਾ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹੋਰ ਜੀ, ਠੀਕ ਠਾਕ ਹੋ? ਹਾਂਜੀ, ਠੀਕ ਠਾਕ। ਵਧੀਆ। ਤੇ ਮਾਤਾ ਜੀ, ਆਪਣਾ ਨਾਂ ਕੀ ਤੁਹਾਡਾ? ਕੁਲਦੀਪ ਕੌਰ। ਕੁਲਦੀਪ ਕੌਰ। ਹਾਂਜੀ। ਤੇ ਆਪਣੇ ਪਾਪਾ ਜੀ ਦਾ ਕੀ ਨਾਂ ਸੀ? ਪ੍ਰਤਾਪ ਸਿੰਘ। ਤੇ ਦਾਦਾ ਜੀ ਦਾ? ਖੁਸ਼ਾਲ ਸਿੰਘ। ਖੁਸ਼ਾਲ ਸਿੰਘ। ਹਾਂਜੀ, ਠੀਕ ਹੈ। ਤੇ ਮਾਤਾ ਜੀ, ਆਪਣੀ ਜਾਤ ਕਿਹੜੀ ਤੁਹਾਡੀ? ਵੜਾਇਆ ਚ। ਵੜਾਇਆ ਚ? ਹਾਂਜੀ, ਠੀਕ ਹੈ, ਠੀਕ ਹੈ। ਤੇ ਮਾਤਾ ਜੀ, ਤੁਹਾਡਾ ਜਨਮ ਪਾਕਿਸਤਾਨ ਦਾ? ਹਾਂਜੀ। ਤੇ ਪਾਕਿਸਤਾਨ ਕਿਹੜਾ ਪਿੰਡ ਸੀ ਆਪਣਾ? ਗੁੰਦਲਾਲਾ। ਗੁੰਦਲਾਲਾ। ਹਾਂਜੀ, ਗੁੰਦਲਾਲਾ ਵੜਾਇਆ ਚ। ਹਾਂਜੀ, ਠੀਕ ਹੈ। ਤੇ ਆਪਣਾ ਜ਼ਿਲ੍ਹਾ ਕਿਹੜਾ ਸੀ? ਜ਼ਿਲ੍ਹਾ ਉੱਥੇ ਕਿਹੜਾ ਹੁੰਦਾ ਸੀ, ਸ਼ੇਖਪੁਰਾ ਜਾਂ ਗੁਜਰਾਲਾ? ਗਲੀਆਂ ਕੱਚੀਆਂ ਸਨ। ਤੇ ਮਤਲਬ ਤੁਹਾਨੂੰ ਘਰ ਦੀ ਸਜਾਣ ਵੀ ਕਿਵੇਂ, ਘਰ ਹੁੰਦਾ ਸੀ ਆਪਣਾ, ਉਹਦੇ ਬਾਰੇ ਦੱਸੋ ਕਿਵੇਂ? ਬਸ ਸਿਆਣੇ, ਬਸ ਇੱਧਰ ਦੇ ਕਮਰੇ ਸਨ ਦੋ। ਅੱਛਾ, ਬੜੇ ਸੋਹਣੇ ਸਨ। ਠੀਕ ਹੈ। ਤੇ ਜਿਹੜੀ ਬੈਠਕ ਸੀ ਉਹ ਉਹਦੇ ਨਾਲ ਅੰਜ ਕਰਕੇ ਸਨ। ਅੱਛਾ ਅੱਛਾ, ਅੰਜ ਕਰਕੇ। ਠੀਕ ਠੀਕ। ਫਿਰ ਬੈਠਕ ਅੰਜ ਸੀ। ਅੱਛਾ, ਵਾਹ ਵਾਹ, ਵੱਡੀ ਬੈਠਕ ਸੀ। ਅੱਛਾ, ਵੱਡੀ ਵਾਹ ਬੈਠਕ ਸੀ। ਹਾਂ, ਵੀ ਮੰਜੀਆਂ ਲਿਆ ਜਾਂਦੀਆਂ ਸਨ। ਠੀਕ 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 ਠੀਕ। ਤੇ ਸੋਹਣਾ ਸੀ ਕਾਰੋਬਾਰ ਸਾਡੇ ਪਿਓ ਦਾ। ਅੱਛਾ ਅੱਛਾ, ਆਪਣਾ ਪਿੰਡ ਵਿੱਚ ਖੂਬ ਹੀ ਹੁੰਦਾ ਸੀ, ਟਿੰਡਾਂ ਵਾਲੇ ਖੂਹ ਸਨ। ਅੱਛਾ, ਟਿੰਡਾਂ ਵਾਲੇ ਖੂਹ ਹੁੰਦੇ ਸਨ। ਹਾਂ, ਤੇ ਸਾਡੇ ਘਰ ਤੇ ਨਲਕਾ ਲੱਗਾ ਸੀ। ਅੱਛਾ, ਆਪਣੇ ਘਰ ਨਲਕਾ ਲੱਗਾ ਸੀ। ਨਲਕਾ, ਪਾਣੀ ਦੇ ਨਲਕੇ ਜੀ ਪਰ ਉਹ ਤੋਂ ਆਪਣਾ ਪਾਣੀ ਪੂਣੀ ਪਰਨਾ ਨਲਕੇ ਜੀ ਘਰ ਹੀ ਹੈ, ਨਲਕੇ ਤੋਂ ਪਰ। ਠੀਕ ਠੀਕ ਠੀਕ। ਹਾਂਜੀ।
ਤੇ ਮਾਤਾ ਜੀ ਜਦੋਂ ਵੰਡ ਪਈ ਹੈ, ਜਦੋਂ 47 ਦਾ ਕੰਮ ਬਣਿਆ ਸੀ, ਤੇ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਆਪਾਂ ਪਿੰਡ ਛੱਡ ਕੇ ਨਿਕਲਣਾ? ਉਹਦੇ ਬਾਰੇ ਦੱਸੋ ਕੋਈ ਗੱਲ। ਉਹ ਅਸੀਂ ਬੱਚੇ ਸਾਂ, ਸਾਡੇ ਡੈਡੀ ਨੇ ਨਾ ਗੱਡੇ ਤੇ ਸਾਨੂੰ ਅੱਖ ਲੱਗਾ ਭਈ ਬਾਟ ਕਾਟ ਹੋਣ ਲਈ ਗਏ, ਛੇ ਛੇਤੀ ਨਿਕਲ ਜੀਗੇ ਬੱਚੇ ਲੈ ਕੇ। ਠੀਕ ਹੈ। ਫਿਰ ਗੱਡਿਆਂ ਤੇ ਸਾਨੂੰ ਕਿਸੇ ਕੋਈ ਖੁਸ਼ ਨੀ ਚੁੱਕਿਆ, ਸਿਰਫ ਆਪਣੇ ਬੱਚੇ ਬੱਚੇ ਲੈ ਕੇ ਨਿਕਲੇ। ਕੋਈ ਸਮਾਨ ਨੀ ਲਿਆ, ਕੋਈ ਸਮਾਨ, ਕੋਈ ਸ਼ੈ ਨੀ ਲਿਆ, ਕੋਈ ਸ਼ੈ ਨੀ, ਬੱਚੇ ਬੱਚੇ ਆਪਣੇ ਲੈ। ਅੱਛਾ ਅੱਛਾ, ਮਤਲਬ ਜਾਨਾਂ ਜਾਨਾਂ ਬਚਾਈਆਂ, ਜਾਨਾਂ ਬਚਾਈਆਂ ਨੇ ਬਸ। ਭਰਿਆ ਭਰਾਇਆ ਘਰ ਛੱਡ ਐਵੇਂ, ਪਰ ਇਹ ਅਲਮਾਰੀਆਂ ਕੋਠੀਆਂ ਕੋਠੀਆਂ ਜਿੱਡੀਆਂ ਸਨ, ਕੋਈ ਸ਼ੈ ਨੀ ਆਂਦੀ, ਕੋਈ ਸ਼ੈ ਨੀ ਆਂਦੀ ਨਾਲ, ਗਲ ਦੇ ਕੱਪੜੇ ਵੀ ਨਹੀਂ। ਅੱਛਾ। ਕੋਈ ਸ਼ੈ ਨੀ, ਬਸ ਇਸ ਤਰ੍ਹਾਂ ਹੀ ਗੁਰਦੁਆਰੇ ਲਿਆਉਂਦੇ ਸਨ, ਲੰਗਰ ਤੋਂ ਸਾਰਿਆਂ ਨੂੰ ਵਰਤਾਂਦੇ ਸਨ। ਅੱਛਾ ਅੱਛਾ। ਉਹ ਅਸੀਂ ਛੱਕਦੇ ਸਾਂ ਥੋੜਾ ਥੋੜਾ, ਤੇ ਬਸ ਜੀ ਜੀਆਂ ਦੇ ਵਿੱਚੋਂ ਆਉਣਾ ਕੇ ਤੇ ਆਪਣਾ ਲਹੂ ਦੀਆਂ ਧਾਰੀਆਂ। ਅੱਛਾ। ਬਸ ਇੰਨਾ ਬੁਰਾ ਹਾਲ ਹੋਇਆ ਸੀ, ਇੰਨਾ ਬੁਰਾ ਹਾਲ ਸੀ। ਆਪਣਾ ਕੋਈ ਜੀ ਇਹੋ ਜਿਹਾ ਨੁਕਸਾਨ ਤੇ ਨਹੀਂ ਹੋਇਆ ਆਪਣੇ ਨਾਲ? ਨੁਕਸਾਨ ਮੇਰੇ ਜਿਹੜੇ ਸਨ ਤਾਏ ਦੇ, ਉਹ ਪੂਰੇ ਹੋ ਗਏ ਸਨ, ਉਹਨਾਂ ਤੇ ਗੁੱਡੀਆਂ ਉਹਨਾਂ ਦੀਆਂ ਆਈਆਂ ਸਨ। ਅੱਛਾ। ਉਹ ਪੂਰੀਆਂ ਹੋ ਗਈਆਂ ਨੇ। ਵਿਆਹੀਆਂ ਹੁਣ ਵਿਚਾਰੀਆਂ ਪੂਰੀਆਂ ਹੋ ਗਈਆਂ, ਥੋੜਾ ਕੁ ਚਿਰ ਹੋ ਗਿਆ। ਠੀਕ ਠੀਕ। ਮਤਲਬ ਬੜਾ ਨੁਕਸਾਨ ਹੋਇਆ ਉਸ ਟਾਈਮ, ਬੜਾ ਨੁਕਸਾਨ ਹੋਇਆ, ਬਹੁਤ ਨੁਕਸਾਨ ਹੋਇਆ। ਮੇਰੇ ਪਨੂਜੇ ਨੂੰ ਗੋਲੀ ਵੱਜੀ ਸੀ, ਇਸ ਬੰਬ ਬਣਾ ਗਿਆ, ਮੈਂ ਨੰਨ ਲਿਆ, ਇੱਕ ਡੇਲਾ ਬਾਹਰ ਆ ਗਿਆ। ਅੱਛਾ। ਤੇ ਸਾਰਾ ਸੜ ਗਿਆ ਸੀ, ਸਾਰਾ ਸੜ ਗਿਆ ਸੀ, ਲੱਤਾਂ ਪੈਰ। ਮੇਰੀ ਭੈਣ ਅੱਖ ਲੱਗੀ ਪਈ, ਮੈਂ ਨਹੀਂ ਜਾਣਾ। ਅੱਛਾ। ਛਿੰਬਿਆਂ ਦੇ ਘਰ ਰਹੇ ਸਾਂ, ਛਿੰਬਿਆਂ ਦੇ, ਛਿੰਬੇ ਮੁਸਲਮਾਨ ਜਿਹੜੇ। ਅੱਛਾ। ਮੁੰਨਾ ਫਿਰ ਅੰਦਰ ਆਪਣੇ ਪਾਇਆ ਸੀ ਚੋਰੀ, ਉਹ ਫਿਰ ਰਾਤ ਕੱਢ ਕੇ ਲਿਆਏ ਸਨ, ਤਿੰਨ ਚਾਰ ਦਿਨ ਰੱਖਿਆ ਸਾਨੇ। ਠੀਕ ਹੈ। ਫਿਰ ਰਾਤ ਬਰਾਤ ਕਰਕੇ ਮੇਰੀ ਭੈਣ ਅਕਲ ਗਈ, ਜੇ ਜੋ ਇਹਦੇ ਨਾਲ ਬਣੇਦਾ ਸੋ ਮੇਰੇ ਨਾਲ ਬਣ ਜਾਏਗਾ। ਹਾਂਜੀ। ਬੜੇ ਮੁਸ਼ਕਲ ਫਿਰ ਉਹਨੂੰ ਕੱਢੀ ਅਕਲ ਛੇਤਰ ਆਉਂਦਾ ਸਾਨੇ, ਸੱਚੇ ਸੱਚੇ ਸੌਦੇ, ਸੱਚੇ ਸੌਦੇ। ਹਾਂਜੀ, ਸੱਚੇ ਸੌਦੇ ਲਿਆਂਦਾ ਜਾ, ਸੱਚੇ ਸੌਦੇ ਕੈਂਪ ਲੱਗਾ ਸੀ ਆਪਣਾ। ਹਾਂ, ਕੈਂਪ ਲੱਗਾ ਸੀ, ਉੱਥੇ ਫਿਰ ਪਾਇਆ ਸਾਨੇ। ਅੱਛਾ ਅੱਛਾ। ਮੱਛਰਦਾਨੀ ਉੱਤੇ ਦਿੱਤੀ, ਅਲਫ ਲੰਗਾ ਸੀ ਵਿਚਾਰਾ, ਗਲੇ ਸੜ ਗਿਆ ਸੀ ਸਾਰਾ, ਕੋਈ ਸ਼ੈ ਨੀ ਸੀ, ਇੱਕ ਅੱਖ ਬਚੀ ਸੀ, ਹੱਥ ਸੜ ਗਏ, ਪੈਰ ਸੜ ਗਏ, ਸਭ ਨੇ ਬਹੁਤ ਬਹੁਤ ਨੁਕਸਾਨ ਹੋਇਆ, ਬੜਾ ਨੁਕਸਾਨ ਉਹਦਾ ਹੋਇਆ। ਠੀਕ ਠੀਕ। ਤੇ ਮਾਤਾ ਜੀ ਫਿਰ ਜੋ ਕੈਂਪਾਂ ਚ ਰਹੇ ਤੁਸੀਂ, ਫਿਰ ਇੱਧਰ ਹਿੰਦੁਸਤਾਨ ਜਿਵੇਂ ਆਏ, ਤੇ ਗੱਡੀਆਂ ਤੇ ਆਏ ਕਿ ਗੱਡੀਆਂ ਤੇ ਕਿਵੇਂ ਆਏ ਮਾਤਾ ਜੀ? ਗੱਡੀਆਂ ਤੇ ਆਏ ਸਨ। ਅੱਛਾ, ਗੱਡੀਆਂ ਤੇ ਆਏ, ਗੱਡੀਆਂ ਤੇ ਆਏ ਸਨ। ਠੀਕ ਠੀਕ। ਹਾਂਜੀ। ਤੇ ਆਪਣਾ ਮਾਤਾ ਜੀ ਉੱਥੇ ਕੋਈ ਰਹਿ ਤੇ ਨਹੀਂ ਗਿਆ ਪਾਕਿਸਤਾਨ? ਕੋਈ ਆਪਣੇ ਪਿੰਡ ਮਤਲਬ ਸਾਰੇ ਆ ਗਏ ਹਨ ਆਪਣੇ ਬਰਾਦਰੀ ਦੇ, ਕੋਈ ਤੇ ਰਹਿ ਵੀ ਗਿਆ ਸੀ, ਕੋਈ ਮੁਸਲਮਾਨ ਬਣ ਗਿਆ ਜੀ? ਵੇਖੋ ਉਹ ਤਾਂ ਹੁਣ ਸਾਨੂੰ ਪਤਾ ਨੀ, ਨਿੱਕੇ ਨਿੱਕੇ ਹੁੰਦੇ ਸਾਂ, ਕੋਈ ਰਿਹਾ ਹੈ ਕੋਈ ਨਹੀਂ ਰਿਹਾ। ਅੱਛਾ। ਸਾਡੇ ਜਿਹੜੇ ਪਰਿਵਾਰ ਚ ਤਾਂ ਨਹੀਂ ਕੋਈ ਰਿਹਾ? ਨਾ, ਸਾਡੇ ਪਰਿਵਾਰ ਚ ਤੁਹਾਡੇ ਤਾਏ ਚਾਚਿਆਂ ਚ ਕੋਈ ਆਪਣਾ ਆਪਣੇ ਨਾ, ਉਹ ਸਾਡੇ ਮਾਸੀਆਂ ਚ ਕੋਈ ਰਿਹਾ ਤਾਂ ਨਹੀਂ? ਸਾਰੇ ਆ ਗਏ ਹਨ, ਸਭ ਆ ਗਏ ਸਾਂ। ਠੀਕ ਠੀਕ। ਭਾਈ ਬੱਚੇ ਉਹ ਵਿਚਾਰੇ, ਉਹ ਤਾਂ ਚੁੱਕਦੇ ਮੁਸ਼ਕਲ ਹੋ ਗਈ ਸੀ, ਤੇ ਬੱਚਿਆਂ ਨੂੰ ਕਿਸਾਂ ਖੜਾਂਗੇ, ਕਿਸ ਤਰ੍ਹਾਂ ਖੜਾਂਗੇ? ਆ ਵੀ ਘਰੋ ਇੱਕ ਛੱਡ ਕੇ ਨਿਕਲਣਾ, ਕੀ ਪਤਾ ਕਿੱਥੇ ਜਾਣਾ ਕਿੱਥੇ ਨਹੀਂ ਹੈ। ਮੱਝਾਂ, ਘੋੜੀਆਂ, ਹਰ ਇੱਕ ਸ਼ੈ ਸੀ, ਸਭ ਛੱਡ ਛੁੱਟ ਕੇ ਆ ਗਏ। ਮਾਤਾ ਜੀ ਪੁਰਾਣਾ ਟਾਈਮ ਯਾਦ ਆਉਂਦਾ, ਅੱਜ ਵੀ ਅੱਖਾਂ ਚ ਪਾਣੀ ਆ ਜਾਂਦਾ ਹਨਾ? ਆ ਜਾਂਦਾ। ਵੀ ਆਪਣਾ ਕੀ ਪਤਾ ਕਿੰਨੀ ਪੀੜੀਆਂ ਚੱਲਦੀ ਪਈਆਂ ਹਨ ਉੱਥੇ ਆਪਣੀਆਂ। ਤੇ ਭਰਾ ਮੇਰਾ ਫੌਜ ਚੋਂ ਸੀ, ਤੇ ਉਹ ਆਇਆ ਤੇ ਉਹ ਇਸ਼ਨਾਨ ਕਰਨ ਲੱਗਾ, ਤੇ ਉਹਨਾਂ ਸਿੱਧੀ ਬੰਦੂਕ,
ਸਾਹਮਣਾ ਉਸ ਨਿਸ਼ਾਨ ਲਾਇਆ, ਛੇਤੀ ਛੇਤੀ ਵਿਚਾਰਾ ਕੱਛੇ ਸਣੇ ਭੱਜ ਆਇਆ ਕੰਪੇ ਚ, ਕੰਪੇ ਚ ਭੱਜ ਆਇਆ, ਬੜਾ ਬੁਰਾ ਹਾਲ ਹੋਇਆ। ਅੱਖ ਲੱਗਾ ਮੈਨੂੰ ਨਿਸ਼ਾਨ ਲਾਇਆ ਸਾਨੇ ਤੇ ਮੈਨੂੰ ਪਤਾ ਲੱਗ ਗਿਆ ਤੇ ਮੈਂ ਘੋੜੀ ਤੇ ਲੱਤ ਦੇਖ ਤੇ ਭੱਜ ਆਇਆ ਆਪਣੇ। ਘੋੜੀ ਸਾਡੀ ਬੜੀ ਸੋਹਣੀ ਸੀ, ਆਪਣੇ ਪਿੰਡ ਦੇ ਤੁਹਾਡੇ ਮੁਸਲਮਾਨ ਹੁੰਦੇ ਹਨ, ਉਹਨਾਂ ਨਾਲ ਪ੍ਰੇਮ ਪਿਆਰ ਕਿਹੋ ਜਿਹਾ ਸੀ ਆਪਣਾ? ਮਤਲਬ ਤੁਹਾਡੇ ਬਜ਼ੁਰਗ ਦੱਸਦੇ ਹੋਣਗੇ ਤੁਹਾਨੂੰ ਵੀ ਉਹਨਾਂ ਨਾਲ ਵਰਤਨ ਬਾਜੀ ਕਿਵੇਂ ਜੀ ਸੀ ਆਪਣੇ? ਉਹ ਜਿਹੜੇ ਸਨ ਜੀ ਉਹਨਾਂ ਨਾਲ ਸੋਹਣੀ ਵਰਤਨ ਭਾਜੀ, ਸੋਹਣੀ ਵਰਤਨ ਭਾਜੀ। ਹਾਂਜੀ ਹਾਂਜੀ, ਕੋਈ ਇਹੋ ਜਿਹਾ ਕੰਮ ਹੀ ਗੁਣੀ ਸੀ ਵੀ ਇਹ ਸਿੱਖ ਆ ਹਿੰਦੂ ਆ ਮੁਸਲਮਾਨ ਹੈ ਵੀ ਸਾਰੇ ਆਉਂਦੇ ਜਾਂਦੇ ਹਨ ਭਰਾਵਾਂ ਵਾਂਗੂ ਵਰਤਦੇ ਹਨ? ਸਾਰੇ ਭਰਾਵਾਂ ਵਾਂਗੂ ਵਰਤਦੇ ਸਾਂ। ਸਾਡਾ ਪਿਓ ਜਿਹੜਾ ਸੀ ਵਪਾਰੀ ਸੀ। ਅੱਛਾ ਅੱਛਾ, ਬਹੁਤ ਅੱਛਾ ਸੀ। ਅੱਛਾ, ਤੁਹਾਡਾ ਪਿਓ ਵਪਾਰੀ ਸੀ? ਹਾਂਜੀ। ਅੱਛਾ, ਕਾਹਦਾ ਵਪਾਰੀ? ਮੱਝਾਂ ਦਾ? ਮੱਝਾਂ ਦਾ। ਅੱਛਾ ਅੱਛਾ, ਉਸ ਲੈ ਆਉਣੀਆਂ ਵੰਨ ਸੁਵੰਨੀਆਂ ਲੈ ਆਉਣੀਆਂ ਵੰਨ ਸੁਵੰਨੀਆਂ। ਤੁਹਾਡੇ ਘਰ ਵਿੱਚ ਮੁਸਲਮਾਨ ਵੀ ਆਉਂਦੇ ਹਨ ਮੱਝਾਂ ਲੈਣ ਵਾਸਤੇ? ਹਿੰਦੂ ਵੀ, ਸਿੱਖ ਵੀ, ਜਾਟ ਵੀ ਸਾਰੇ ਆਉਂਦੇ ਹਨ? ਸਭ ਆਉਂਦੇ ਆ। ਰੌਣਕਾਂ ਲੱਗੀਆਂ, ਰੌਣਕਾਂ ਲੱਗੀਆਂ ਰਹਿੰਦੀਆਂ। ਹਾਂਜੀ, ਅਸੀਂ ਨਿੱਕੇ ਨਿੱਕੇ ਹੁੰਦੇ ਸਾਂ। ਹਾਂਜੀ ਹਾਂਜੀ, ਤੇ ਚਲੋ ਮਾੜਾ ਮੋਟੇ ਬੱਚੇ ਸਾਂ ਸਾਨੂੰ। ਚਲੋ ਫਿਰ ਤੁਹਾਨੂੰ ਸਜਾਣ ਹੈ ਥੋੜੀ ਥੋੜੀ ਮਾੜੀ ਮਾੜੀ ਸਜਾਣ। ਮਾੜੀ ਮਾੜੀ ਸਜਾਣ। ਹਾਂਜੀ ਬਿਲਕੁਲ। ਸਾਡਾ ਪਿਓ ਵੀ ਦੱਸਦਾ ਹੁੰਦਾ ਸੀ, ਬੜੇ ਅਸੀਂ ਔਖੇ ਆਏ, ਬੜੇ ਔਖੇ ਆਏ। ਅਬੇ ਤੁਸੀਂ ਇੱਥੇ ਆਣ ਕੇ ਫਿਰ ਚਲੋ ਇੱਕ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਤੁਹਾਡੇ ਕੋਲ, ਨਵੀਂ ਜ਼ਿੰਦਗੀ। ਆ ਵੀ ਕੀ ਪਤਾ ਕਿਵੇਂ ਆਪਣਾ ਇੱਥੇ ਇੱਕ ਨਵੇਂ ਸ਼ਹਿਰ ਜਾਣਾ, ਕਿਵੇਂ ਰਹਿਣਾ ਹੈ? ਬੜਾ ਮੁਸ਼ਕਲ, ਬੜਾ ਮੁਸ਼ਕਲ ਹੈ। ਮਤਲਬ ਆਪਣੇ ਭਰੇ ਭਰਾਏ ਘਰ ਛੱਡ ਕੇ ਹੁਣ ਸਾਨੂੰ ਕੋਈ ਆਖੇ ਵੀ ਇੱਥੋਂ ਨਿਕਲੋ, ਸਾਨੂੰ ਕਿਹੋ ਜਿਹਾ ਲੱਗੇਗਾ? ਲਮਾਰੀਆਂ ਸਾਂ ਮੇਰੀ ਮਾਂ ਦੀਆਂ, ਹਾਂ, ਕੋਠੇ ਕੋਠੇ ਦੇ ਨਾਲ ਜਿਹੜੀਆਂ ਆਉਂਦੀਆਂ ਨਿੱਕੇ ਨਿੱਕੇ ਹੁੰਦੇ ਸਾਂ ਤੇ ਆਂਦੀ, ਠੀਕ ਠੀਕ ਠੀਕ, ਆਪਣਾ ਵੇਖਣਾ ਲਮਾਰੀਆਂ ਭਰੀਆਂ ਸਮਾਨਾਂ ਦੀਆਂ, ਸਮਾਨਾਂ ਦੀਆਂ, ਬਿਲਕੁਲ। ਚਲੋ ਹੋ ਜੂ, ਰਹਿਣ ਵਿਚਾਰੇ ਜਿਹੜੇ ਖਾਣ ਦੇ ਨਾਲ ਚੀਜ਼ਾਂ ਦੇ। ਸਹੀ ਗੱਲ, ਸਰੂਤ ਪਾਕ ਬਹੁਤ ਸਾਨੇ ਜੀਆਂ ਦਾ। ਅੱਛਾ ਅੱਛਾ, ਹਾਂਜੀ, ਵੀ ਸਾਰੇ ਇਕੱਠੇ ਬਹਿ ਕੇ ਭਰਾਵਾਂ ਵਾਂਗੂ ਵਰਤਦੇ ਹਨ? ਬਹੁਤ ਸੋਹਣਾ ਵਰਤਦੇ ਆਪਣੀ ਬਲਾਦ ਵਿੱਚ। ਕੋਈ ਕਿੱਲੇ ਟੁਰ ਗਿਆ, ਕੋਈ ਕਿੱਲੇ ਟੁਰ ਗਿਆ। ਹੁਣ ਸਾਨੂੰ ਬੱਚਿਆਂ ਨੂੰ ਕੀ ਪਤਾ ਕਿੱਥੇ ਕਿੱਥੇ ਗਏ ਨੇ, ਕਿੱਥੇ ਕਿੱਥੇ। ਚਾਚੇ ਸਾਡੇ, ਤਾਏ ਸਾਡੇ, ਸਭ ਚੰਗੇ ਸਨ, ਸਾਰੇ ਚੰਗੇ ਹਨ, ਸਾਰੇ ਚੰਗੇ ਸਨ। ਇੱਥੇ ਤੇ ਫਿਰ ਤਿੰਨਾਂ ਭਰਾਵਾਂ ਦੀ ਪਈ ਸੀ ਇੱਥੇ ਵੰਡ। ਅੱਛਾ ਅੱਛਾ, ਤੇ ਇੱਥੇ ਫਿਰ ਅਸੀਂ ਰਹਿ ਰਹੇ, ਇੱਥੇ ਆਪਣਾ ਬਾਂਸੀ ਆ ਗਏ। ਹਾਂ, ਬਾਂਸੀ ਆ ਗਏ, ਠੀਕ ਠੀਕ। ਫਿਰ ਇੱਥੋਂ ਅਸੀਂ ਗਏ ਕੋਈ ਨਹੀਂ, ਇੱਥੋਂ ਗਏ ਨੇ ਫਿਰ ਨਾ, ਫਿਰ ਜੋ ਦੇ ਆਏ ਤੁਸੀਂ ਇੱਥੇ ਬਾਂਸੀ ਬੈਠੇ ਤੁਹਾਡੇ ਕੋਲ? ਹਾਂ ਹਾਂ, ਜੁੜ ਕੇ ਇੱਥੇ ਬੈਠੇ। ਬਹੁਤ ਸੋਹਣਾ ਕੰਮ ਸੀ, ਬਹੁਤ ਸੋਹਣਾ ਕੰਮ ਸੀ। ਹਾਂਜੀ, ਆ ਵੀ ਚਲੋ ਆਪਣਾ ਉਦੋਂ ਇਹੋ ਜਿਹਾ ਕੰਮ ਹੀ ਕੋਈ ਹੁੰਦਾ ਸੀ ਵੀ ਆਪਣਾ ਇਹ ਹਿੰਦੂ ਮੁਸਲਿਮ ਸਿੱਖ ਵੀ ਸਾਰੇ ਭਰਾਵਾਂ ਵਾਂਗੂ ਰਹਿੰਦੇ, ਭਰਾਵਾਂ ਵਾਂਗੂ ਰਹਿੰਦੇ, ਸਾਰੇ ਇੱਕ ਮੁੱਠ ਹੁੰਦੀ ਸੀ ਸਾਰੇ, ਹਨਾ। ਸਾਡਾ ਪਿਓ ਜਿਹੜਾ ਸੀ ਨਾ ਵਪਾਰੀ ਸੀ, ਤੇ ਉਹ ਇੱਥੇ ਆਣ ਕੇ ਵੀ ਉਸ ਬਹੁਤ ਸੋਹਣਾ ਨਵਾਈ ਗਏ, ਇਧਰ ਦੇ ਆਉਣੀਆਂ ਮੱਝਾਂ ਇਧਰ ਲੈ ਆਉਣੀਆਂ, ਲੈ ਆਉਣੀਆਂ, ਬਸ ਬਹੁਤ ਸੋਹਣਾ ਉਹਦਾ, ਬਹੁਤ ਸੋਹਣਾ ਸੀ। ਹਾਂਜੀ, ਤੇ ਮਾਤਾ ਜੀ ਹੁਣ ਇਹ ਦੱਸੋ ਵੀ ਜਿਹੜੀ ਇਹ ਉਦੋਂ ਮਤਲਬ ਇਹ ਜਿਹੜੀ ਵੰਡ ਹੋਈ ਹੈ, ਜਿਹੜਾ ਸੰਤਾਲੇ ਦਾ ਕੰਮ ਬਣਿਆ, ਤੁਸੀਂ ਦੱਸਣ ਦੇ ਤੁਹਾਡੇ ਚਾਚੇ ਵੀ ਮਰ ਗਏ ਉੱਥੇ, ਹਨਾ। ਹਾਂਜੀ, ਤੇ ਆਪਣਾ ਭਨੁੱਜਾ ਤੁਸੀਂ ਦੱਸਿਆ ਗੋਲੀ, ਤੁਹਾਡੇ ਭਰਾ ਆਪਣਾ ਭਰਾ ਸੀ ਇੱਕ, ਤੁਹਾਡਾ ਫੌਜ ਸੀ ਜਿਹੜਾ ਭਰਾ ਸੀ, ਹਾਂਜੀ, ਹਾਂ, ਤੇ ਇਹ ਵੇਖੋ ਉਹ ਗੋਲੀ ਮਾਰਨ ਲੱਗੇ, ਇਹ ਜਿਹੜਾ ਇਹਨਾਂ ਨੁਕਸਾਨ ਹੋਇਆ, ਇਹ ਕੁੱਲ ਮਿਲਾ ਕੇ ਤੁਹਾਡੇ ਹਿਸਾਬ ਨਾਲ ਸਹੀ ਹੋਇਆ ਕਿ ਗਲਤ ਹੋਇਆ? ਵੀ ਇਹ ਕੰਮ ਨਹੀਂ ਹੋਣਾ ਚਾਹੀਦਾ ਨਾ, ਜਿਹੜੀ ਇਹ ਵੰਡ ਹੋਈ ਹੈ, ਜਿਹੜਾ ਸੰਤਾਲੇ ਦਾ ਕੰਮ ਬਣਿਆ, ਇਹਨੇ ਲੋਕਾਂ ਦੀ ਜਾਨਾਂ ਗਈਆਂ ਨੇ, ਬੜਿਆਂ ਦੀਆਂ ਜਾਨਾਂ, ਤੇ ਇਹ ਉਹ ਆਖਣ ਦੇ ਵੀ ਇਹ ਕੰਮ ਗਲਤ ਹੋਇਆ ਨਾ, ਗਲਤ ਹੋਇਆ, ਨਹੀਂ ਸੀ ਹੋਣਾ ਚਾਹੀਦਾ, ਹਨਾ। ਨਾ ਜੀ, ਵੀ ਵੇਖੋ ਬੇਸ਼ੱਕ ਕੋਈ ਹਿੰਦੂ ਜਾਂ ਸਿੱਖ ਕੋਈ ਮੁਸਲਮਾਨ ਹੈ ਤੇ ਜਾਣੀ ਉਹਨਾਂ ਚ, ਬਿਲਕੁਲ, ਜਾਂ ਵਿਛੀਆਂ ਹੈ ਛੇਜਾਂ ਵਿਛੀਆਂ, ਹਾਂ, ਛੇਜਾਂ ਵਿਛੀਆਂ, ਲੰਗਾਂ ਨੂੰ ਥਾਂ ਨਹੀਂ ਸੀ ਲੱਭਦਾ, ਤੇ ਵਿਚਾਰੇ ਬੜੇ ਕਿਸਾ ਸਾਨੂੰ ਨਾ ਪਹੁੰਚਾਇਆ, ਪਹੁੰਚਾਇਆ, ਬਿਲਕੁਲ,
ਮੋਢਿਆਂ ਤੇ ਚੁੱਕ ਚੁੱਕ ਕੇ, ਮੋਢਿਆਂ ਤੇ ਚੁੱਕ ਚੁੱਕ ਅਦੋਂ ਤੋਂ ਤੁਹਾਨੂੰ ਚਿੰਬੀਆਂ ਨੇ ਉਹਨੂੰ ਤੁਹਾਨੂੰ ਆਪਣੇ ਘਰ ਲਿਜਾਇਆ ਹੈ। ਹਾਂਜੀ, ਇਹ ਕੁੱਲ ਮਿਲਾ ਕੇ ਕੰਮ ਗਲਤ ਹੋਇਆ, ਨਹੀਂ ਸੀ ਹੋਣਾ ਚਾਹੀਦਾ ਹਨਾ, ਇਹ ਵੰਡ ਨਹੀਂ ਸੀ ਹੋਣੀ ਚਾਹੀਦੀ, ਉੱਥੇ ਆਪਣਾ ਵਧੀਆ ਰਹਿਣ ਡੇ ਤੁਸੀਂ ਹਨਾ, ਬਿਲਕੁਲ ਸੋਹਣੇ ਰਹਿਣ ਡੇ, ਹਾਂ ਸੋਹਣੇ ਰਹਿਣ ਡੇ, ਉਹਨਾਂ ਬੜੀ ਮਦਦ ਕੀਤੀ ਸਾਡੇ ਚਿੰਬੀਆਂ ਨੇ, ਚਿੰਬੀਆਂ ਨੇ। ਹਾਂਜੀ, ਤੇ ਮਾਤਾ ਜੀ ਅਗਰ ਤੁਹਾਡਾ ਆਪਣਾ ਦਿਲ ਕਰਦਾ ਪਿੰਡ ਵੇਖਣ ਨੂੰ, ਜਿੱਥੇ ਤੁਹਾਡਾ ਜੰਮ ਪੱਕ ਉੱਥੇ ਪਾਕਿਸਤਾਨ ਦਾ ਤੁਹਾਡਾ ਜੰਮ ਹੈ ਕੋਂਦਲਾਣਾ ਦਾ, ਜੀ ਤੇ ਕਰਦਾ ਹੈ। ਅੱਛਾ, ਦੁਬਾਰੇ ਗਏ ਕਦੇ ਕਿ ਨਹੀਂ? ਦੁਬਾਰਾ ਕਿਸੇ ਨਾਲ ਜਾਣਾ ਸੀ, ਨਹੀਂ ਦਿਲ ਤੇ ਕਰਦੇ ਹੋਣਾ ਪਿੰਡ ਵੇਖ, ਹੋਰ ਉਸ ਤੋਂ ਯਾਦ ਹੁੰਦਾ ਹੈ, ਹਾਂ ਯਾਦ ਹੁੰਦਾ ਸਾਰਾ, ਸਹੀ ਗੱਲ, ਭਰਜਾਈ ਨਾਲ ਗੱਲਾਂ ਕਰੀ ਜਾਂਦੇ ਨਾ ਸਾਨੂੰ, ਬਸ ਉਹ ਵੀ ਇੱਕ ਦੋ ਫਿਰ ਆਈ ਸੀ ਅਜੇ ਵਿਚਾਰੀ, ਅੱਛਾ ਅੱਛਾ, ਉਹਨੂੰ ਕੀ ਪਤਾ ਸੀ, ਹਾਂ ਅਸੀਂ ਇੱਥੋਂ ਭੱਜ ਜਾਣਾ, ਭੱਜ ਜਾਣਾ ਬਿਲਕੁਲ, ਉਹ ਫਿਰ ਸਾਰੀ ਦੁਨੀਆਂ ਨਾਲ ਹੀ ਜੋ ਹੋਇਆ, ਹਾਂ ਸਾਰੀ ਸਾਰਿਆਂ ਨਾਲ ਹੀ ਹੋਇਆ ਜਿਹੜਾ ਵੀ ਹੋਇਆ, ਜੋ ਵੀ ਕੰਮ ਹੋਇਆ। ਮਾਤਾ ਜੀ ਉਹ ਟਾਈਮ ਚੰਗਾ ਹੁੰਦਾ ਸੀ ਕਿ ਇਹ ਟਾਈਮ ਚੰਗਾ ਹੈ ਤੁਹਾਡੇ ਸਾਹਮਣੇ? ਉਹ ਟਾਈਮ ਚੰਗਾ ਸੀ, ਉਹ ਟਾਈਮ ਚੰਗਾ ਸੀ ਹਨਾ, ਉਹ ਲੋਕਾਂ 'ਚ ਪਿਆਰ ਹੋਣਾ ਸਾਰਿਆਂ ਨਾਲ ਹਨਾ, ਬਿਲਕੁਲ ਜੀ, ਹੁਣ ਤੇ ਕੋਈ ਭਰਾਵਾਂ ਭਰਾਵਾਂ ਦਾ ਨਹੀਂ ਪਿਆਰ ਰਹੇਗਾ ਆਪਸ ਨਾ ਜੀ, ਉਦੋਂ ਲੋਕਾਂ 'ਚ ਇੰਨਾ ਪਿਆਰ ਹੋਣਾ ਸਾਰਿਆਂ ਦਾ, ਦਰਾਣੀਆਂ ਦਰਾਣੀਆਂ ਜਠਾਣੀਆਂ ਇਕੱਠੀਆਂ ਹੋ ਕੇ ਬੈਂਦੀਆਂ, ਬਹਿਣਾ ਗੱਲਾਂ ਬਾਤਾਂ ਕਰਨੀਆਂ, ਚਾਚੀਆਂ ਤਾਈਆਂ, ਹੁਣ ਉਹ ਟਾਈਮ ਨਹੀਂ ਰਹਿ ਗਿਆ, ਹੁਣ ਤੇ ਸਾਰੇ ਆਪਣੇ ਆਪਣੇ ਕੰਮਾਂ 'ਚ ਲੱਗੇ ਹੋਏ ਨੇ, ਬਿਲਕੁਲ ਸਾਰੇ ਫੋਨਾਂ 'ਚ ਲੱਗੇ ਹੋਏ ਨੇ, ਕੋਈ ਬਹਿੰਦਾ ਹੀ ਗੁਣੀ ਕੋਲ ਨਾ ਜੀ, ਉਹ ਬੜਾ ਪ੍ਰੇਮ ਸੀ, ਉਹ ਟਾਈਮ ਬੜਾ ਪ੍ਰੇਮ ਸੰਗਾ। ਠੀਕ ਹੈ ਮਾਤਾ ਜੀ, ਸਤਿ ਸ੍ਰੀ ਅਕਾਲ, ਜਿਉਂਦੇ ਰਹੋ, ਵੱਡੀਆਂ ਉਮਰਾਂ ਹੋਣ, ਸੋਚੇ ਪਾਤਸ਼ਾਹ।